गश्त दौरान अर्बन स्टेट पुलिस की टीम जो सुपरवाइज कर रहे थे एएस आई हुकम चंद एएस आई परमजीत सिंह गश्त से इन्हों राजपुरा रोड से एक लवारिस बैग से एक थैली मिली सी सोने का समान भी सी वो सेफली इन्हें ओनरस नू वापस करता है गश्त दौरान अर्बन स्टेट पुलिस की टीम जो सुपरवाइज कर रहे थे एएस आई हुकम चंद एएस आई परमजीत सिंह गश्त से इन्हों राजपुरा रोड से एक लवारिस बैग से एक थैली मिली सी उहदे विचों इन्होंने आइडेंटिफाई करके उन्होंने ओनरस नूं यह बैग वापस किया जिदे विच 30,000 तो प्लस इन्हों की नकदी तो कुछ सोने का समान भी सीगा वो सेफली इन्हों ओनरस नूं वापस करता है। ਤੁਹਾਨੂੰ ਗੱਲ ਪਤਾ ਹੈ ਕਿੱਥੋਂ ਗਿਰਿਆ ਸੀ ਕਿਵੇਂ ਗਿਰਿਆ ਸੀ? ਇਹਨਾਂ ਦੇ ਦੱਸਣ ਮੁਤਾਬਕ ਇਹ ਲੇਡੀ ਅਰਬਨ ਸਟੇਟ ਫੇਸ 1 ਦੀ ਰਹਿਣ ਵਾਲੀ ਹੈ ਤੇ ਇਹ ਮਲੇਰਕੋਟਲੇ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਆ ਰਹੇ ਸੀਗੇ ਜੋ ਰਸਤੇ ਦੇ ਵਿੱਚ ਹੀ ਇਹਨਾਂ ਨੂੰ ਬੈਗ ਗਿਰਿਆ ਤੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਕਦੋਂ ਤੇ ਕਿੱਥੇ ਗਿਰ ਗਿਆ। ਇਹ ਫੋਰਚੂਨੇਟਲੀ ਪੁਲਿਸ ਦੀ ਟੀਮ ਨੂੰ ਮਿਲ ਗਿਆ ਤੇ ਉਹਨਾਂ ਨੇ ਵਾਪਸ ਹੈਂਡਓਵਰ ਕੀਤਾ ਹੈ। ਕਿਸ ਵਿਆਹ ਤੇ ਜਿਹੜੇ 30,000 ਨਿਊ ਅਮਾਉਂਟ ਵੀ ਪਰਸੀ ਸੀ ਕਿੱਥੋਂ ਕਿਸ ਵਾਸਤੇ ਯੂਜ਼ ਕਰਨੀ ਜਿਵੇਂ ਕੋਈ ਵਿਆਹ ਵਾਸਤੇ ਬਣੇ ਇਹ ਸਾਰੇ ਉਹਨਾਂ ਦੇ ਪਰਸਨਲ ਯੂਜ਼ ਵਾਸਤੇ ਸੀਗੇ। ਤੇ ਕਿਸ ਤਰ੍ਹਾਂ ਦੀ ਕੋਈ ਦਿੱਕਤ ਤਾਂ ਨਹੀਂ ਆਈ ਜੀ ਜਦੋਂ ਇਹਨਾਂ ਨੂੰ ਆਈਡੈਂਟੀਫਾਈ ਕੀਤਾ ਜਾਂ ਲੱਭਿਆ? ਕਿਸ ਤਰ੍ਹਾਂ ਲੱਭਿਆ ਪੁਲਿਸ ਨੇ ਇਹਨਾਂ ਦੇ ਫੋਨ ਤੋਂ ਆਈਡੈਂਟੀਫਾਈ ਕਰ ਲਿਆ ਸੀ? ਫੋਨ ਨੰਬਰ ਜਿਹੜੀ ਲਾਸਟ ਕਾਲਸ ਆਈਆਂ ਹੋਈਆਂ ਸੀ ਉਹਨਾਂ ਤੇ ਕਾਲ ਬੈਕ ਕਰਕੇ ਇਹਨਾਂ ਦਾ ਪਤਾ ਲਵਾ ਲਿਆ ਸੀ। ਮਤਲਬ ਪਰਸ ਦੇ ਵਿੱਚ ਮੋਬਾਈਲ ਵੀ ਸੀ? ਜੀ। ਠੀਕ ਹੈ ਜੀ। ਇਹਨਾਂ ਨੇ ਮਤਲਬ ਚੀਜ਼ ਵਾਪਸ ਕੀਤੀ ਆ, ਉਹਨਾਂ ਦੀ ਵੀ ਤੁਸੀਂ ਕੋਈ ਐਪਰੀਸ਼ੀਏਸ਼ਨ ਕਰ ਰਹੇ? ਜੀ, ਇਹਨਾਂ ਬਾਰੇ ਅਸੀਂ ਲਿਖ ਕੇ ਐਪਰੀਸ਼ੀਏਸ਼ਨ ਲੈਟਰ ਬਾਰੇ ਲਿਖ ਕੇ ਭੇਜਾਂਗੇ। ਸੋ ਠੀਕ ਹੈ ਜੀ। ਮੇਰੇ ਵਾਲਾ ਤੁਸੀਂ ਸਮਾਨ ਮਿਲਿਆ ਕਿੱਥੋਂ ਮਿਲਿਆ ਜੀ?